ਸਾਡੇ ਨਾਲ ਮੌਜੂਦ ਹੈ ਸੋਨੂ ਸੀਤੋਵਾਲ ਦਾ ਵੱਡਾ ਭਰਾ ਮੋਨੂ ਸੀਤੋਵਾਲ। ਉਹਨੂੰ ਸੀਤੋਵਾਲ ਜੀ ਡੇਢ ਸਾਲ ਹੋ ਗਿਆ ਸੋਨੂ ਸੀਤੋਵਾਲ ਅੱਜ ਟੌਪ 'ਤੇ ਸੋਸ਼ਲ ਮੀਡੀਆ ਸਟਾਰ ਬਣਿਆ ਹੈ, ਤਾਂ ਤੁਸੀਂ ਇੰਨਾ ਚਿਰ ਕਿੱਥੇ ਰਹੇ? ਅਸੀਂ ਤਾਂ ਵੀ ਘਰੇ ਸੀ। ਕੁਛ ਨਹੀਂ, ਘਰੇ ਤਾਂ ਉਹ ਵੀ ਤਾਂ ਲੜ ਗਿਆ ਸੀ ਤੇ ਮੰਮੀ ਨੂੰ ਕਹਿੰਦਾ ਖਾਰ ਫੋਰੋ ਸੀ। ਉਹਨਾਂ ਦਾ ਬਹੁਤ ਮਸ਼ਹੂਰ ਗਾਣਾ ਹੋਇਆ ਸੀਗਾ ਗਲੀ ਤੇਰੀ ਵਿੱਚ ਘੇਲਿਆ ਸਲਪੈਂਡਰ ਯਾਰਾ ਦਾ, ਤੇ ਉਹ ਤੁਸੀਂ ਲਿਖਿਆ ਸੀਗਾ? ਸੋਨੂ ਵੱਡਾ ਜਾਂ ਮੋਨੂ ਵੱਡਾ? ਸੋਨੂ ਤਾਂ 5 ਸਾਲ ਦਾ ਹੈ ਤੇ ਮੈਂ ਤਾਂ 6 ਫੁੱਟ ਦਾ ਵੀ ਹਾਂ। ਮੈਂ ਉਹ ਨਹੀਂ ਪੁੱਛਿਆ। ਗੱਲ ਜੱਟਾਂ ਵਾਲੀ ਤਾਂ ਈ ਤਾਂ ਦੇ ਦੇ ਗੇੜਾ, ਤੇ ਜੱਟਾਂ ਵਾਲੀ ਹੀ ਤਾਂ ਦੇ ਦੇ ਗੇੜਾ, ਹੋਇਆ ਤਾਂ ਯਾਰਾਂ ਦੇ ਹੀ ਕਰਕੇ ਤਾਂ ਹੀ ਰਹਿੰਦੇ ਹਾਂ ਇੱਥੇ ਇਕੱਠੇ ਹੀ ਯਾਰ। ਆਪਣਾ ਤਾਂ ਵੀ ਉਹਨਾਂ ਨੂੰ ਤਾਂ ਸਤਿ ਸ਼੍ਰੀ ਅਕਾਲ ਹੀ ਤਾਂ ਦਿਲ ਤੋਂ ਲੱਭ ਜੂ ਹੀ ਕਹਿੰਦੇ ਹਾਂ ਤਾਂ। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਮੌਜੂਦ ਆ, ਜਿਹਨਾਂ ਨੂੰ ਆਪਾਂ ਮਿਲਣਾ ਕਿਸੇ ਹੋਰ ਨੂੰ ਸੀਗਾ, ਉਹ ਪਹਿਲੇ ਆ ਕੇ ਸਾਡੇ ਕੋਲ ਬੈਠ ਚੁੱਕੇ ਆ। ਉਹ ਤੁਸੀਂ ਉਹਨਾਂ ਦੀਆਂ ਹਰਕਤਾਂ ਤੋਂ ਵੀ ਨੋਟ ਕੀਤਾ ਹੋਣਾ। ਸਾਡੇ ਨਾਲ ਮੌਜੂਦ ਆ ਸੋਨੂ ਸੀਤੋਵਾਲ ਦਾ ਵੱਡਾ ਭਰਾ ਮੋਨੂ ਸੀਤੋਵਾਲ। ਮੋਨੂ ਸੀਤੋਵਾਲ ਜੀ, ਤੁਹਾਡਾ ਸਾਡੇ ਪੰਜਾਬੀ ਰਾਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਤਾਂ ਦੋਸਤੋ। ਮੋਨੂ ਸੀਤੋਵਾਲ ਜੀ ਡੇਢ ਸਾਲ ਹੋ ਗਿਆ ਸੋਨੂ ਸੀਤੋਵਾਲ ਅੱਜ ਟੌਪ 'ਤੇ ਸੋਸ਼ਲ ਮੀਡੀਆ ਸਟਾਰ ਬਣਿਆ ਹੈ, ਤੇ ਤੁਸੀਂ ਇੰਨਾ ਚਿਰ ਕਿੱਥੇ ਰਹੇ? ਅਸੀਂ ਤਾਂ ਵੀ ਘਰੇ ਸੀ। ਤੁਸੀਂ ਇਹਨਾਂ ਦੀ ਹਰਕਤਾਂ ਤੋਂ ਦੇਖ ਸਕਦੇ ਆ ਕਿ ਇਹ ਬਾਕੀ ਉਹਦਾ ਭਰਾ ਹੀ ਆ। ਤੇ ਜਿਹੜੀ ਇੱਕ ਖਾਨਾ ਬਦੋਸ਼ ਵਾਲੀ ਗੱਲਬਾਤ ਹੋਈ ਸੀਗੀ, ਉਹ ਵੀਡੀਓ ਬਹੁਤ ਵਾਇਰਲ ਹੋਈ ਸੀਗੀ। ਆਪਣੀ ਮੰਮੀ ਨੂੰ ਗਾਲਾਂ ਕੱਢਦਾ ਪਿਆ ਸੋਨੂ ਸੀਤੋਵਾਲ ਕਿ ਤੂੰ ਖਾਨਾ ਬਦੋਸ਼ ਆ, ਮੈਂ ਤੇਰੇ 'ਤੇ ਕਾਰਵਾਈ ਪਾਵਾਂਗਾ, ਤੇ ਤੁਸੀਂ ਉਹਦੇ ਬਾਰੇ ਦੱਸੋ ਵੀ ਕੀ ਗੱਲਬਾਤ ਹੋਈ ਸੀਗੀ? ਕੁਛ ਨਹੀਂ, ਘਰੇ ਤਾਂ ਉਹ ਵੀ ਤਾਂ ਲੜ ਗਿਆ ਸੀ ਤੇ ਮੰਮੀ ਨੂੰ ਕਹਿੰਦਾ ਖਾਰ ਫੋਰੋ ਸੀ, ਤੇ ਫਿਰ ਉਹ ਵੀ ਤਾਂ ਹੈਗਾ ਹੀ ਆ, ਉਹ ਵੀ ਲੜ ਪਿਆ ਸੀ। ਉਹ ਹੁਣ ਉਹ ਘਰੇ ਸਹੀ ਰਹਿੰਦਾ ਹੈਗਾ? ਪਤਾ ਨਹੀਂ, ਹੁਣ ਜਦੋਂ ਦੇ ਉਹ ਸੋਸ਼ਲ ਮੀਡੀਆ ਸਟਾਰ ਬਣਿਆ ਕਿ ਘਰੇ ਆਉਂਦੇ ਜਾਂਦੇ ਹੈਗੇ ਆ, ਜਦੋਂ ਆਉਂਦੇ ਜਾਂਦੇ ਤੇ ਘਰੇ ਕਿਹੋ ਜਿਹਾ ਮਾਹੌਲ ਰਹਿੰਦਾ? ਲੁੱਚਾ ਹੀ ਰਹਿੰਦਾ ਜੀ, ਸਹੀ ਤਾਂ ਹੈ ਹੀ ਨਹੀਂ, ਬਸ ਐਵੇਂ ਆਪਣੀਆਂ ਹੀ ਤਾਂ ਮਾਰਦਾ ਰਹਿੰਦਾ ਉਹ ਤਾਂ। ਅੱਛਾ ਮੋਨੂ ਜੀ, ਸਾਨੂੰ ਪਤਾ ਲੱਗਿਆ ਸੀਗਾ ਕਿ ਜਿਹੜਾ ਇੱਕ ਉਹਨਾਂ ਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਸ਼ਹੂਰ ਗਾਣਾ ਹੋਇਆ ਸੀ। ਨਵੀਂ ਹੈ? ਹਾਂਜੀ ਹਾਂਜੀ, ਪੁਰਾਣੀ ਨਹੀਂ ਹੈਗੀ। ਇੱਕ ਉਹਨਾਂ ਦਾ ਬਹੁਤ ਮਸ਼ਹੂਰ ਗਾਣਾ ਹੋਇਆ ਸੀਗਾ ਗਲੀ ਤੇਰੀ ਵਿੱਚ ਘੇਲਿਆ ਸਲਪੈਂਡਰ ਯਾਰਾ ਦਾ, ਤੇ ਉਹ ਤੁਸੀਂ ਲਿਖਿਆ ਸੀਗਾ? ਹਾਂ, ਮੈਂ ਲਿਖਿਆ ਤਾਂ ਸੀ, ਪਰ ਮੈਨੂੰ ਕਹਿੰਦਾ ਤੂੰ ਤਾਂ ਮੇਰੀ ਵੀਡੀਓ ਬਣਾ ਦੇ, ਉਸ ਤੋਂ ਹੀ ਉਹ ਫੇਮਸ ਹੋ ਗਿਆ ਸੀ। ਅੱਛਾ ਮੋਨੂ ਸੀਤੋਵਾਲ ਜੀ, ਸਾਡਾ ਤੁਹਾਨੂੰ ਇੱਕ ਹੋਰ ਸਵਾਲ ਹੈਗਾ ਕਿ
ਸੋਨੂ ਵੱਡਾ ਜਾਂ ਮੋਨੂ ਵੱਡਾ? ਸੋਨੂ ਤਾਂ 5 ਸਾਲ ਦਾ ਹੈ ਤੇ ਮੈਂ ਤਾਂ 6 ਫੁੱਟ ਦਾ ਵੀ ਹਾਂ। ਮੈਂ ਉਹ ਨਹੀਂ ਪੁੱਛਿਆ ਵੀ, ਮੈਂ ਤੁਹਾਨੂੰ ਉਮਰ ਚ ਪੁੱਛਿਆ ਵੀ ਉਹ ਉਮਰ ਚ ਕਿੱਡਾ ਵੱਡਾ ਤੁਹਾਡੇ ਤੋਂ ਵੱਡੇ ਆ ਜਾਂ ਛੋਟੇ ਆ? ਉਮਰ ਤੋਂ ਤਾਂ ਮੈਂ ਤਾਂ 10 ਦਾ। ਜੁੱਤੀ ਤਾਂ ਹੈ ਨਾ, ਥੱਲੇ ਰੱਖ ਦੋ ਵੀ, ਜੁੱਤੀ ਤਾਂ ਹੈ ਨਾ, ਇਹ ਛੋਟੀ ਤੇ ਆ ਵੱਡੀ ਹੈ, ਉਸੇ ਹੀ ਤਰ੍ਹਾਂ ਉਹ ਤੇ ਮੈਂ ਹੀ ਹਾਂ ਨਾ। ਪੁੱਠੀ ਪਈ ਜਾਂਦੇ ਭਾਜੀ ਤੁਸੀਂ? ਮੇਰੀ ਤਾਂ ਹੈ ਨਾ ਚੱਪਲ, ਮੈਂ ਜਿੱਦਾਂ ਮਰਜ਼ੀ ਹੀ ਪਾਵਾਂ। ਅੱਛਾ ਸੋਨੂੰ ਸੀਤੋਵਾਲ ਜਦੋਂ ਸਟੇਜਾਂ ਦੇ ਉੱਤੇ ਆਉਂਦੇ ਆ ਤੇ ਉਹ ਸਾਰੇ ਸਾਜੀਆਂ ਨੂੰ ਜਿੰਨੇ ਵੀ ਸਟੇਜ ਦੇ ਉੱਤੇ ਵਜਾਉਂਦੇ ਆ ਮਿਊਜ਼ੀਸ਼ੀਅਨ, ਉਹਨਾਂ ਨੂੰ ਮੱਥਾ ਟੇਕਦੇ ਆ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਕੀ ਕਿਹਾ? ਸੋਨੂੰ ਸੀਤੋਵਾਲ ਜਦੋਂ ਸਟੇਜ ਦੇ ਉੱਤੇ ਆਉਂਦੇ, ਵੱਡੀਆਂ ਵੱਡੀਆਂ ਸਟੇਜਾਂ ਲਾਉਂਦੇ ਆ, ਸਟੇਜਾਂ ਉੱਤੇ ਆ ਕੇ ਜਿੰਨੀ ਢੋਲਕੀਆਂ ਛੈਣੇ ਜਿੰਨੇ ਮਿਊਜ਼ਿਕ ਹੁੰਦਾ ਸਾਰਿਆਂ ਨੂੰ ਮੱਥਾ ਟੇਕਦੇ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਤਾਂ ਬਸ ਲੋਕਾਂ ਦੇ ਹੀ ਮੱਥਾ ਟੇਕਦਾ ਹੀ ਸਾਹਮਣੇ, ਤਾਂ ਕਰੇ ਤਾਂ ਟੇਕਦਾ ਹੀ ਮੱਥਾ ਨਹੀਂ। ਘਰੇ ਮੰਮੀ ਨੂੰ ਮਾਂ ਬਾਪ ਨੂੰ ਕਦੇ ਮੱਥਾ ਟੇਕਿਆ? ਨਹੀਂ ਟੇਕਿਆ ਤਾਂ ਨਹੀਂ ਹੋਣਾ, ਪਰ ਮੈਂ ਜਦੋਂ ਕਿਤੇ ਬਾਹਰ ਹੋ ਸਕਦਾ ਉਦੋਂ ਟੇਕਿਆ ਹੋ ਸਕਦਾ ਹੀ ਹੋਵੇ। ਹਾਂ ਅੱਛਾ ਸੋਨੂੰ ਸੀਤੋਵਾਲ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਜਾਂਦੇ ਹੈਗੇ, ਰੰਗ ਬੰਨਦੇ ਹੈਗੇ ਆ, ਬੜੇ ਬੜੇ ਸਿੰਗਰਾਂ ਦੇ ਨਾਲ ਉਹਨਾਂ ਦੇ ਕੰਟੈਕਟ ਹੈਗੇ ਆ, ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੁਛ ਨੀ, ਬਸ ਫੂਕਰੀ ਹੀ ਤਾਂ ਹੀ ਹੈ। ਕਿ ਤੁਹਾਨੂੰ ਕਦੀ ਉਹਨੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ? ਇਹਨੂੰ ਲਾ ਦੋ, ਇਹਦਾ ਵੀਡੀਓ ਦੇ ਵਿੱਚ ਚੰਗਾ ਨਹੀਂ ਲੱਗਦਾ। ਕਿਦਾਂ ਕੀ ਅਲਾਵਾ ਵੱਡੀਆਂ ਵੱਡੀਆਂ ਸਟੇਜਾਂ ਤੇ ਜਿੱਦਾਂ ਸੋਨੂੰ ਸੀਤੋਵਾਲ ਗਾਉਂਦਾ ਹੈ, ਕਿ ਤੁਹਾਨੂੰ ਵੀ ਉਹਨੇ ਨਾਲ ਜਾਣ ਦਾ ਮੌਕਾ ਦਿੱਤਾ ਕਦੀ ਵੀ ਮੈਂ ਵੀ ਜਾ ਮੇਰੇ ਨਾਲ ਚਲੋ ਭਾਜੀ ਤੁਸੀਂ ਮੇਰੇ ਤੋਂ ਵੱਡੇ ਹੋ? ਨਹੀਂ ਉਹ ਤਾਂ ਨਹੀਂ ਕਿੱਥੇ ਜਾਂਦਾ ਹੀ, ਉਹ ਨਹੀਂ ਲੈ ਕੇ ਜਾਂਦਾ ਦਾ, ਤੁਸੀਂ ਛੱਡੋ ਤਾਂ ਭਾਜੀ, ਮੈਂ ਇਦਾਂ ਹੀ ਬਹੁਤ ਹੀ। ਅੱਛਾ ਸੋਨੂੰ ਸੀਤੋਵਾਲ ਨੇ ਸੋਸ਼ਲ ਮੀਡੀਆ ਦੇ ਇੱਕ ਪਲੇਟਫਾਰਮ ਦੇ ਉੱਤੇ ਆਪਣਾ ਕਾਫੀ ਨਾਮ ਬਣਾ ਲਿਆ ਔਰ ਕਾਫੀ ਵਧੀਆ ਪੈਸੇ ਵੀ ਕਮਾ ਰਿਹਾ ਹੈਗਾ, ਤੇ ਕੀ ਤੁਸੀਂ ਕੀ ਕੰਮ ਕਰ ਕਰਦੇ ਹੋ? ਮੋਨੂ ਜੀ ਜਿੱਦਾਂ ਸੋਨੂੰ ਸੀਤੋਵਾਲ ਵੱਡੇ ਵੱਡੇ ਸਟੇਜਾਂ ਦੇ ਉੱਤੇ ਗਾਣੇ ਗਾਉਂਦਾ ਪਿਆ ਤੇ ਇਸ ਤਰੀਕੇ ਨਾਲ ਤੁਸੀਂ ਲਿਖਦੇ ਹੋ, ਤੇ ਤੁਸੀਂ ਵੀ ਕੋਈ ਆਪਣਾ ਗਾਣਾ ਸੁਣਾ ਦਿਓ, ਇਹ ਕੀ ਕਰ ਰਹੇ ਹੋ? ਇਹ ਤਾਂ ਮੇਰੀਆਂ ਚੱਪਲਾਂ ਛੋਟੇ ਹੁੰਦੇ ਤੋਂ ਹੀ ਚੱਕਦਾ ਪਿਆ ਹੀ ਆ ਮੈਂ, ਕਿ ਬਹੁਤ ਹੀ ਲਈਆਂ ਚੱਪਲਾਂ। ਇਹ ਤਾਂ ਜੁੱਤੀ ਮੇਰੀ ਹੈ। ਏਦਾਂ ਦੀ ਮੇਰੀ ਵੀ ਸੀ ਤਾਂ ਚੱਪਲ ਤਾਂ ਸੀ ਨਾ, ਇਹ ਹੁਣ ਮੈਂ ਤੁਹਾਨੂੰ ਨੰਗੇ ਪੈਰੀ ਜਾਊਂਗਾ। ਕੋਈ ਨੀ ਤੁਸੀਂ ਲੈ ਲਿਓ, ਯਾਰਾਂ ਦੇ ਕਰਕੇ ਹੀ ਤਾਂ ਰਹਿੰਦੇ ਆ ਇੱਥੇ। ਠੀਕ ਆ ਸਾਡੇ, ਹਾਂ ਵੈਰੀ ਗੁੱਡ ਵੈਰੀ ਗੁੱਡ, ਬਹੁਤ ਵਧੀਆ। ਅੱਛਾ ਜਿੱਦਾਂ ਸੋਨੂੰ ਸੀਤੋਵਾਲ ਵੱਡੇ ਵੱਡੇ ਸਟੇਜਾਂ ਦੇ ਉੱਤੇ ਗਾਣੇ ਗਾਉਂਦੇ ਆ, ਨਾ ਮੰਗੇ ਲੋਕ ਨਾ, ਸੋਨੂੰ ਸੀਤੋਵਾਲ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਗਾਣੇ ਗਾਉਂਦੇ ਆ, ਕਿ ਤੁਸੀਂ ਵੀ ਕੋਈ ਇਦਾਂ ਦਾ ਜਿਹੜਾ ਸਪਲੈਂਡਰ ਗਾਣਾ ਲਿਖਿਆ, ਕੋਈ ਤੁਸੀਂ ਵੀ ਆਪਣਾ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਆਪਣਾ ਗਾਣਾ ਸੁਣਾ ਦਿਓ? ਹੈਗਾ ਤਾਂ ਇੱਕ ਹੈ ਪਰ ਉਹ ਸੋਨੂੰ ਨੇ ਲੈ ਜਾਣਾ। ਅੱਛਾ ਫੇਰ ਵੀ ਜਾਂਦੇ ਜਾਂਦੇ ਦੋ ਲਾਈਨਾਂ ਉਹਦੀਆਂ ਜ਼ਰੂਰ। ਹਾਂ ਮੈਂ ਪੇਸ਼ ਕਰਦਾ ਹਾਂ। ਸੁਣਾਓ ਜੀ ਸੁਣਾਓ। ਕਿ
ਕੋਈ ਵੀ ਹੋਵੇ ਆਪਣਾ ਲਿਖਿਆ ਤਾਂ ਵੀ ਹੋਵੇ ਜਿੱਦਾਂ ਦਾ ਵੀ ਆਪਣਾ ਲਿਖਿਆ ਤੁਹਾਡੀ ਆਵਾਜ਼ ਵਿੱਚ ਸਾਡੇ ਦਰਸ਼ਕ ਵੀਰਾਂ ਨੂੰ ਗਾਣਾ ਪਸੰਦ ਆਏਗਾ। ਓਕੇ ਤਾਂ ਗੱਲ ਜੱਟਾਂ ਵਾਲੀ ਤਾਂ ਈ ਤਾਂ ਦੇ ਦੇ ਗੇੜਾ ਤੇ ਜੱਟਾਂ ਵਾਲੀ ਹੀ ਤਾਂ ਦੇ ਦੇ ਗੇੜਾ ਹੋਇਆ ਤਾਂ ਯਾਰਾਂ ਦੇ ਹੀ ਕਰਕੇ ਤਾਂ ਹੀ ਰਹਿੰਦੇ ਆ ਇੱਥੇ ਇਕੱਠੇ ਹੀ ਯਾਰ। ਅੱਛਾ ਇਹ ਕੀ ਗਾਣਾ ਹੈ ਜੱਟਾਂ ਵਾਲੀ ਦੇ ਦੇ ਗੇੜਾ ਜੱਟਾਂ ਵਾਲੀ ਦੇ ਦੇ ਗੇੜਾ, ਇਹ ਤਾਂ ਮੈਂ ਕਦੀ ਅੱਜ ਤੱਕ ਸੁਣਿਆ ਨਹੀਂ ਕਿਸੇ ਦੇ ਕੋਲੋਂ। ਇਹ ਤਾਂ ਭਾਜੀ ਉਹਨੇ ਹੀ ਨਵਾਂ ਹੀ ਤਾਂ ਬਣਾਇਆ ਉਹਨੇ ਉੱਥੇ ਹੀ ਤਾਂ ਗਾਉਣਾ ਉੱਥੇ ਨੇ। ਠੀਕ ਹੈ ਹੁਣੇ ਹੁਣੇ ਤੁਹਾਡੇ ਦਿਮਾਗ ਚ ਆਇਆ ਸੀ ਨਾ। ਆਹਾ ਨੀ ਤੂੰ ਛਟਰਾਂ ਵਾਲੇ ਵੀਰੇ ਦਾ ਤਾਂ ਵੀ ਹੀ ਧੰਨਵਾਦ ਹੀ ਤਾਂ ਹੈਗਾ ਹੀ ਤਾਂ ਇਹ। ਅੱਛਾ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕ ਵੀਰਾਂ ਤੱਕ। ਓਕੇ ਉਹ ਨਹੀਂ 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 ਇਦਾਂ ਨਹੀਂ ਕਰਨਾ ਹੈਗਾ। ਮੋਨੂ ਸੀਤੋਵਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਡੇ ਦਰਸ਼ਕ ਵੀਰਾਂ ਨੂੰ ਤੁਹਾਡੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ, ਕੁਛ ਕਹਿਣਾ ਚਾਹੋਗੇ ਜਾਂਦੇ ਜਾਂਦੇ? ਆਪਣਾ ਤਾਂ ਵੀ ਉਹਨਾਂ ਨੂੰ ਤਾਂ ਸਤਿ ਸ੍ਰੀ ਅਕਾਲ ਹੀ ਤਾਂ ਦਿਲ ਤੋਂ ਲੱਗ ਜੂ ਹੀ ਕਹਿੰਦੇ ਆ ਤਾਂ ਧੰਨਵਾਦ ਤਾਂ ਹੋ ਧੰਨਵਾਦ ਹੀ ਹੈ।